ਇੱਕ ਬਾਈ ਵਿੱਚੇ ਬਾਈ ਹੁਣ ਆਪਾਂ ਗੱਲ ਕਰਦੇ ਹਾਂ ਵੀ ਹੁਣ ਜਦੋਂ ਕੋਈ ਬਾਜੀ ਜਿੱਤ ਦਾ ਜਾਂ ਕੋਈ ਹੋਰ ਆਇਆ ਚਿੱਤ ਜਾ ਘਰ ਦਾ ਹੁੰਦਾ ਜਾਂ ਕੋਈ ਹਾਰ ਜਾਂਦਾ ਵੀ ਯਾਰ ਇੱਥੇ ਆਪਾਂ ਹੁਣ ਡਾਉਂਦੇ ਹੁੰਦੇ ਤਾਂ ਗੱਲਾਂ ਹੋਰ ਜੀ ਮੈਂ ਪਹਿਲਾਂ ਸ਼ੌਂਕ ਹੁੰਦਾ ਜੀ ਤੈਨੂੰ ਬਾਜੀ ਹੱਟਣ ਦਾ ਨਹੀਂ ਆਏ ਜੇ ਤਾਂ ਹੁੰਦਾ ਹੋ ਵੀ ਯਾਰ ਇਹਨੇ ਬਹਾ ਕੇ ਜੇ ਹਰਾਲੇ ਆਏ ਜੇ ਉੱਡ ਜਾਣਾ ਸੀ ਇਹਨੂੰ ਆਏ ਜੇ ਦੱਸ ਜੀ ਦਾ ਕਰ ਦੋ ਵੀ ਦੱਸ ਦਈਏ ਕਿਸੇ ਨੂੰ ਹੁਣ ਇਹ ਤਾਂ ਪਿੰਡ ਦੇ ਸਾਰੇ ਮੁੰਡੇ ਖਿਡਾਰੀ ਰਾਤ ਤੋਂ ਮੁੰਡਾ ਆਇਆ ਵਿਚਾਰਾ ਇਹਦੀ ਨਿਗਾਹ ਬਾਕੀ ਉਹ ਅੱਖ ਕਾਣੀ ਕਰਤੀ ਇਹਦੀ ਆਹ ਵੀ ਆਹ ਕਬੂਤਰ ਦਾ ਵੀ ਬਹੁਤ ਉੱਡਿਆ ਇਹਦਾ ਪਾਰ ਬੀਲੇ ਵਾਲਾ ਉੱਡਿਆ ਸੀਗਾ ਠੀਕ ਆ ਆਪਾਂ ਵੰਡੀ ਨੀ ਸੀ ਬਾਜੀ ਚਾਹ ਹਰ ਗਿਆ ਸੀ ਆਪਣਾ ਰੰਗੀਆਂ ਦੇ ਸਕੇ ਭਰਾ ਨੇ ਟੀਰੇ ਦਾ ਪੁੱਤ ਇਹਦਾ ਬਾਈ ਪਰ ਖੋਲ ਕੇ ਰਹੀ ਮਾੜਾ ਜਾ ਇਹਦਾ ਬਾਈ ਸਿਰਫ ਇੱਕ ਸ਼ੌਂਕ ਕਰਿਆ ਮੇਰੇ ਤਾਂ ਇੱਥੇ ਆਏ ਸੀਗੇ ਬਾਜੀ ਤੇ ਬਾਈ ਦਾ ਕਹਿੰਦਾ ਰਹਿਣ ਦੇ ਬਣਾਉਣ ਨੂੰ ਕਹਿੰਦਾ ਯਾਰ ਮੰਗਣ ਵਾਲੇ ਬਾਹਲਾ ਹੈਰਾਨ ਕਰਦੇ ਆ ਮੈਂ ਚੱਲ ਆਪਾਂ ਬਾਈ ਵੀਡੀਓ ਕਬੂਤਰਾਂ ਦੀ ਬਣਾ ਲੈਂਦੇ ਹਾਂ ਇੰਟਰਵਿਊ ਕਰਾਂਗੇ ਆਪਾਂ ਫੇਰ ਕਿਸੇ ਦਿਨ ਟਾਈਮ ਲੱਗ ਗਿਆ ਜਦੋਂ ਅਤੇ ਆਹ ਟੀਰੇ ਦੇ ਇਹ ਕਹਿੰਦੇ ਬਾਈ ਜੀਤੇ ਦੇ ਉਹ ਕਬੂਤਰ ਨੇ ਜਿਹੜੇ ਬੰਦੇ ਦੇ ਕਬੂਤਰ ਭਾਜਦੇ ਆ ਇਹਨਾਂ 'ਚੋਂ ਇੱਕ ਕਬੂਤਰ ਵੀ ਪੈ ਗਿਆ ਬਸ ਤੁਸੀਂ ਐਂ ਸਾਰਾ ਜਿੰਦੇ ਹੀ ਲਾ ਆਉਂਦਾ ਇੰਨੇ ਚੰਗੇ ਨੇ ਜਿਹਦੇ ਕੋਲ ਤਾਂ 10 ਪੈਸੇ ਖੂਨ ਵੀ ਆ ਗਾਹਾਂ ਦੀ ਗਾਹਾਂ ਬੱਚਾ ਵੀ ਆ ਲੱਖੀ ਚੀਮੇ ਵਾਲੇ ਜੋ ਜੀਤੇ ਨੂੰ ਸਟਾਰ ਧਾਰ ਕੇ ਗਿਆ ਆਪਾਂ ਤੋਂ ਜੋੜੀ ਲੈ ਗਈ ਸੀ ਇਹਦੇ ਕਬੂਤਰ ਤੇ ਨਾਲ ਡੱਬੀ ਕਬੂਤਰੀ ਸੀ ਕਬੂਤਰ ਦੇਖ ਲਾ ਕੁਆਲਿਟੀ ਦਾ ਕਬੂਤਰ ਦੀ ਨਹਿੰਗ ਵਾਲੇ ਨਾਲ ਕਿਹੜੇ ਕਬੂਤਰ ਪਾ ਦਿੰਦੇ ਫਿਰ ਬਾਈ ਤੁਸੀਂ ਠੀਕ ਆ ਕਾਕੇ ਵਾਲਿਆਂ ਚ ਕਿਹੜੇ ਪਾ ਦਿੰਦੇ ਗਰਮੀ ਬਹੁਤ ਸੀ ਹਨਾ ਉਹਦੇ ਅੱਗ ਚ ਉੱਡੇ ਹੋਏ ਕਬੂਤਰ ਸਾਰੇ ਬਾਈ ਸਾਹ ਹੁੰਦੀ ਆ ਬੰਦੇ ਦੀ 15-15 ਸਾਲ ਪੁਰਾਣੇ ਕਬੂਤਰ ਨੇ ਕੋਈ ਕਹਿ ਦੂ ਦੇਖ ਕੇ ਵੀ ਯਾਰ ਇੰਨੇ ਪੁਰਾਣੇ ਕਬੂਤਰ ਇਹ ਗੌਰ ਹੁੰਦੀ ਆ ਗੌਰ ਨਾਲ ਹੀ ਕਬੂਤਰ ਉੱਡਦੇ ਬਾਈ ਦੇ ਸ਼ੌਂਕ ਨਾਲ ਹੀ ਰੱਖੇ ਪਿਆ ਹੁਣ ਤਾਂ ਕਿਉਂਕਿ ਥੋੜ੍ਹਾ ਜਿਹਾ ਕਬੀਲਦਾਰੀ ਵੱਧ ਗਈ ਇੱਕ ਪਸ਼ੂਆਂ ਦਾ ਕੰਮ ਆ ਫਾਰਮ ਪਾਇਆ ਵਾ ਬਾਈ ਨੇ ਪਸ਼ੂਆਂ ਦਾ ਗਾਈਆਂ ਦਾ ਜਵਾਕ ਬਾਹਰ ਨੂੰ ਜਾਣ ਦੀ ਤਿਆਰੀ ਆ ਬਸ ਹੁਣ ਸ਼ੌਂਕ ਘਟਾ ਗਿਆ ਬਾਈ ਕਹਿੰਦਾ ਮੈਂ ਇਕੱਲਾ ਗਾ ਨਾਲ ਦੇ ਬੰਦੇ ਵੀ ਬਾਹਰ ਚਲੇ ਗਏ ਅਤੇ ਤਾਂ ਹੀ ਮੈਂ ਯਾਰ ਬੰਦਿਆਂ ਨੇ ਸ਼ੌਂਕ ਤਾਂ ਕਰਿਆ ਬੰਦੇ ਇਹੋ ਜਿਹੇ ਬਾਹਲੇ ਲੋਕੇ ਬੈਠੇ ਆ ਬਾਈ ਇੰਟਰਵਿਊਆਂ ਕਰਨੀਆਂ ਅਤੇ ਹੋਰ ਕਬੂਤਰਾਂ ਕਰਨੀਆਂ ਦਿਖਾਉਣ ਕਰਨੀਆਂ ਤੇ ਕਬੂਤਰ ਦਾ ਭੈੜੇ ਦੋ ਭੈੜੇ ਇਹ ਵੀ ਨੀਲੇ ਦਾ ਜਿਹੜਾ ਮੇਰੇ ਪਿੰਡ ਨਹੀਂ ਪਰ ਉੱਡਿਆ ਸੀ ਹਾਂ ਕੱਲਾ ਰਹਿ ਗਿਆ ਜਿਹੜਾ ਰੋਲਾ ਪੈ ਗਿਆ ਸੀ ਇਹਦਾ ਪੁੱਤ ਇਹਦਾ ਪੁੱਤ ਜੀ ਇਹ ਤਾਂ ਇੱਥੋਂ ਲੈ ਆ ਕੇ ਜਾ ਕੇ ਇੱਥੇ ਹੀ ਛੱਡਤਾ ਫਿਰ ਇਹ ਕਬੂਤਰ ਬੱਚੇ ਖਡਾਉਣ ਲੱਗੇ ਸੀ ਅੱਛਾ ਬੱਚੇ ਕਬੂਤਰ ਹੀ ਲੈ ਗਿਆ ਜੀ ਠੀਕ ਆ ਤਾਂ ਹੀ ਤੁਹਾਨੂੰ ਕਹਿਣਾ ਨਾ ਵੀ ਕਬੂਤਰ ਤਾਂ ਹਜੇ ਤੁਸੀਂ 20 ਪੈਸੇ ਦੇਖਿਆ ਕਬੂਤਰ ਤਾਂ ਬਾਲੇ ਭੈੜੇ ਤੋਂ ਭੈੜੇ ਪਏ ਆ ਦੁਨੀਆਂ ਕੋਲੇ ਪਰ ਗਿੱਲ ਗਈ ਆ ਹੌਲੀ ਹੌਲੀ ਟਾਈਮ ਲੱਗਦਾ ਹੁੰਦਾ ਬੰਦਿਆਂ ਕੋਲੇ ਜਾਣ ਦਾ ਹੌਲੀ ਹੌਲੀ ਅੱਜ ਇਹਦੇ ਬਾਈ ਕੋਲੇ ਆਏ ਸੀਗੇ ਅਤੇ ਇੰਟਰਵਿਊ ਦੀ ਤਾਂ ਬਹੁਤ ਪਹਿਲਾਂ ਗੱਲ ਹੋਈ ਸੀ ਪਰ ਬਾਈ ਕਹਿੰਦਾ ਹਜੇ ਮੈਂ ਥੋੜ੍ਹਾ ਜਿਹਾ ਬਿਜ਼ੀ ਜਿਹਾ ਕੰਮ ਕਿਉਂਕਿ ਫਾਰਮ ਫੁਰਮ ਪਾਇਆ ਹੋਇਆ ਬਾਕੀ ਕੰਮ ਧੰਦੇ ਹੁੰਦੇ ਹਨਾ ਵਿਹਲਾ ਚਾਹੀਦਾ ਬੰਦਾ ਇੰਟਰਵਿਊ ਵੀ ਕਿਉਂਕਿ ਸਾਰੀ ਦਿਹਾੜੀ ਲੰਘ ਜਾਂਦੀ ਆ ਹੁਣ 70-80 ਪਸ਼ੂ ਨੇ ਬਾਈ ਮੈਂ ਇੰਟਰਵਿਊ ਕਰਨ ਆ ਜਾਂ ਉਹ ਭੁੱਖੇ ਖੜੇ ਰਹਿਣ ਉਹਦਾ ਵੀ ਕੋਈ ਫਾਇਦਾ ਨਹੀਂ ਟਮੋਟ ਵਾਲੇ ਠੀਕ ਆ
ਲੋ ਵੀ ਤੁਹਾਨੂੰ ਇੰਨੇ ਕਬੂਤਰਾਂ ਦਾ ਸ਼ੌਂਕ ਕਰਾਤਾ, ਹੁਣ ਤੁਹਾਨੂੰ ਹੋਰ ਕਬੂਤਰਾਂ ਦਾ ਵੀ ਕਰਾਵਾਂਗੇ ਸ਼ੌਂਕ, ਅਤੇ ਕਰ ਦਿਓ ਵੀਡੀਓ ਸ਼ੇਅਰ।